بسم الله الرحمن الرحيم. اللهم كل وليك الحجة ابن الحسن عليه السلام صلوات عليه وعلى أبيه في هذه الساعة وفي كل ساعة وليا وحافظا قائدا وناصرا نريد منه حتى تسكنه زكاة وتمتعه فيها طويلا يا رب محمد وعلى محمد وصل على محمد آل محمد واجل فرجاك يا آل محمد بآواز بلند صلوات کافی سارے بیٹھے ہو صلوات دا پڑھنا عظیم عبادت ہے بآواز بلند صلوات پڑھنا نعرہ تکبیر نعرہ رسالت نعرہ حیدری حسینیت کافی سارے بیٹھے ہو بآواز بلند حسینیت عزیزیت اہل بیت دشمن تے لعنت امام حسین بادشاہ دی قاتل تے لعنت کنفل حرامی تے لعنت دو جہاناں دی سین دی دشمن تے لعنت امام زمانہ بادشاہ دی آمد و سلامتی واسطے بآواز بلند صلوات حسین دی پاک ماں ٹرا ٹرا یا قبول بانیان خان صاحبان دا پر خلوص تمام لنگر نیاز خرچ خرجات بار ہوں بادشاہ پر بار گج قبول اللہ حسین بادشاہ دے صدقے تو کسکو کہیں کمینے دا مختار جو مومن مارن بادشاہ دے صدقے مالک سیت عطا جو مومن بے اولادن باب الحوائی دے صدقے مالک حیات یعنی جو مقروضن بادشاہ قرض لا جو پریشانن مالک پریشانی اندور ان مومنن دے بچے پردیسی چن مالک انہاں دا سفر بھی خطا مالک بانیان دے بچہ دی زندگی دراز مالک رزق ہونے وی جنے جو بھیم بھیرا دا حصہ ہو گئے موت او تک ننے وی جیتے چودہ دا زوار نہ بھائی کوئی دی قبولت واسطے باواز بلند صلوات پڑھ اشاللہ لا حول ولا قوة الا بالله العلی العظیم بسم اللہ الرحمن الرحیم صلوات الحمد للہ رب العالمین السلام و سلام على من كان النبي وآدم بين الماء والتين صلوات سبتاؤں جو میرا سیدنا شفینا ملکا اسم محمد محمد المصطفیٰ اشرف الانبیاء والمرسلین صلوات تھوڑا جا حولہ کرے والوخیہی ووزیرہی وخلیفتہی
ਬਦਨੂ ਨਹੀਂ ਅਮੀਰ ਮੋਮਿਨੀ ਨਮੀਰ ਦੀ ਜ਼ਾਤ ਸੋਨੀ ਸਲਵਾਤ ਬਾਲੋ ਸੈਯਦਤਿਨ ਜਲੀਲਤਿਨ ਮਖਦੂਮਤਿਨ ਮੁਕੱਦਸਾ ਤਹਿਰਤਿਨ ਮੁਤਹਿਰਾ علمت الملا صديقت الكبرى المدفونة سرا والمظلومة جهرا سيدة النساء العالمين سيد ذات خمن كرك سروات ਇਨ ਕੈ ਨਹੀਂ ਆਖਿਆ ਨੌ ਲੱਖ ਚੂ ਤੇ ਨਹੀਂ ਮਈਆ ਤੁਕੂ ਕਤਲ ਕਰੀਦਾ ਹੋ ਜਿੰਦਾ ਕੋਈ ਨਾ ਹੋਇਆ ਦੁਨੀਆ ਤੇ ਨੌਕਰਾਂ ਇੰਜ ਕਹਿ ਨਹੀਂ ਆਖਿਆ ਨੌ ਲੱਖ ਚੂ ਨਹੀਂ ਮਈਆ ਤੂੰ ਕਤਲ ਕਰੀਦਾ ਹੋ ਜਿਹਦਾ ਕੋਈ ਨਾ ਹੋਇਆ ਦੁਨੀਆ ਤੇ ਕੁਰਾਲ ਮਿਲ ਕੇ ਕੋਈ ਨਾ ਹੋਵੇ ਦੁਨੀਆ ਤੇ ਕੁਰਾਲ ਮਿਲ ਕੇ ਦਫਾ ਜ਼ਿੰਦਗੀ ਹੋ ਜਾਂਦਾ ਮਾਲਾ ਬਚੜਾ ਨੌਕਰ ਹੋ ਸਕ ਜਦੋਂ ਕੋਈ ਨਾ ਹੋਵੇ ਦੁਨੀਆ ਤੇ ਕੁਰਾਲ ਮਿਲ ਕੇ ਦਫਾ ਬੋਲੂ ਐ ਲਾਭਾ ਮੈਂ ਅਕਬਰ ਕੁਛ ਮੰਜੇ ਉਹ ਜਿੰਦਾ ਹੋਵੇ ਉਹ ਜਿੰਦਾ ਹੁੰਦੇ ਪਿਓ ਚਾਚਾ ਕੰਬਰ ਸਜਾ ਕਹੇ ਦਾ ਜਵਾਨ ਮਰ ਮੰਜੇ ਰਿਸ਼ਤੇਦਾਰ ਦਿਲਾਸ ਲੈਣੇ ਮਿੰਬਰ ਗਵਾਏ ਹੁਸੈਨ ਦੀ ਕਿਹੜੀ ਹਾਲਤ ਇੰਜ ਕਹਿ ਨਹੀਂ ਆਖਿਆ ਨੌ ਲੱਖ ਚੂ ਨਹੀਂ ਮਈਆ ਤੂੰ ਕਤਲ ਕਰੀਦਾ ਹੋ ਜਿਹਦਾ ਕੋਈ ਨਾ ਹੋਵੇ ਦੁਨੀਆ ਤੇ ਨੌਕਰ
ਕੋਈ ਨਾ ਹੋਵੇ ਦੁਨੀਆ ਤੇ ਯੂੰ ਕੁਰਾਲ ਮਿਲ ਕੇ ਰੋਂਦੇ ਕਿਉਂ ਹੈ ਸਾਡੀ ਬੱਚੜੇ ਜੀ ਨੇ ਤੁਹਾਡੇ ਭਲਾ ਹੋਵੇ ਤੁਹਾਡਾ ਕਰਾਂ ਇੰਜ ਕਹਿ ਨਹੀਂ ਆਖਿਆ ਨੌ ਲੱਖ ਚੂੰ ਨਹੀਂ ਮਈਆ ਤੂੰ ਕਤਲ ਕਰੀਂਦਾ ਉਹ ਜਿੰਦਾ ਕੋਈ ਨਾ ਹੋਵੇ ਦੁਨੀਆ ਤੇ ਕੁਰਾਲ ਮਿਲ ਕੇ ਦਫਸਿਆ ਤੇਰੇ ਬਚੜੇ ਜੀ ਬਾਨੀ ਮਜਲਿਸੋ ਇਹ ਮੇਰਾ ਵਤਨ ਹੈ ਮਾਲਕ ਅਰਸ਼ੰਦ ਬਖਤਲਾ ਬਾਦਸ਼ਾਹ ਸਾਹਿਬ ਭਾਈ ਸਜਾਦ ਚਕੰਬਰ ਇੱਕ ਕੁਰਾਨ ਹੈ ਸੈਯਦ ਸਿਰ ਤਰੱਕੀ ਖੜਾ ਪਹਿਲੀ ਜ਼ਰਾ ਮਾਰੀਏ ਕਮੀਨੇ ਆਦਮ ਤਿੱਬਾ ਛੋੜੇ ਹਾਏ ਤੇਰੇ ਬਚੜੇ ਜੀ ਮੈਨੂੰ ਅਬਦੁਲ ਵਾਹਿਦ ਸ਼ਾਹ ਜੀ ਕਮੀਨੇ ਦੂਜੀ ਦਰਾਂ ਮਾਰੀਏ ਸੈਯਦ ਨੂਹ ਟਿੱਬਾ ਛੋੜੇ ਮੁਹੰਮਦ ਤੂੰ ਜਾਣ ਤੇਰਾ ਹੁਸੈਨ ਜਾਣੇ ਜ਼ਰਬਾਂ ਵਧੀਆਂ ਆਈਆਂ ਜਦਾਂ ਕਮੀਨੇ ਨਾ ਵੀ ਜ਼ਰਾ ਮਾਰੀਏ ਮਿੰਬਰ ਗਵਾਏ ਰੁਕ ਗਏ ਹੁਸੈਨ ਦੇ ਜ਼ਾਲਿਮਾ ਥੱਕ ਪੀਏ ਤਾਂ ਸਹੀ ਕੱਢ ਹਾਏ ਤੇਰੇ ਬਚੜੇ ਜੀ ਨੇ ਨੌਕਰ ਆ ਜ਼ਿੰਦਗੀ ਹੋ ਗਈ ਸਈਆ ਸਈਆ ਦੇ ਥੱਕ ਪੀਏ ਤਾਂ ਠੰਡਾ ਸ਼ਰਬਤ ਪੀ ਮੈਂ ਹੁਸੈਨ ਵਤਨ ਨੌਕਰ ਆ ਚਾਚਾ ਮੈਂ ਹੁਸੈਨ ਬਈ ਸਜਾਦ ਮਿੰਬਰ ਗਵਾਏ ਕਮੀਨਾ ਦੇ ਹੁਸੈਨ ਮੈਂ ਹੈਰਾਨ ਤੈ ਅਕਬਰ ਦੀ ਲਾਸ਼ ਚਾਹੀਏ ਤੈ ਗਾਜ਼ੀ ਦੇ ਬਾਜ਼ੂ ਚੈਨ ਤੈ ਕਾਸਿਮ ਦੇ ਟੁਕੜੇ ਚੈਨ ਤੂੰ ਜੀਂਦਾ ਨਹੀਂ ਤੂੰ ਐਡਾ ਜ਼ਖਮੀ ਹੈ ਮੈਂ ਕੋਸ਼ਿਸ਼ ਕੀਤੀ ਹੈ ਜੋ ਮੈਂ ਜ਼ਰਬਾ ਮਰੇ ਸਾਂ ਤੇਰੀ ਭੇਣ ਬਹਿਰਾ ਸੀ ਹਾਏ ਤੇਰਾ ਭਲਾ ਹੋਵੇ ਨੌਕਰਾਂ 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 ਤੁਹਾਡੇ ਬਛੜੇ ਜੀਵਨ ਕਮੀਨਾ ਦੇ ਹੁਸੈਨ ਜਵਾਨੀ ਮਾਣੇ ਹੁਸੈਨ ਐਡਾ ਜ਼ਖਮੀ ਹੈ ਤੇ ਤੇ ਕਾਫੀ ਹੈ ਦਿੰਦਾ ਹਿੱਕਾ ਦਰਬ ਚਲਾਏ ਉਹ ਮੈਂ ਤੇਰਾ ਦਰਬਾ ਤਾਂ ਨਿੱਤੀਆਂ ਬੈਰਾ ਸੀ ਵੀ ਦੁਖੀਆਂ ਕਰਾਂ ਐਡਾ ਜ਼ਖਮੀ ਹੈ ਤੇ ਤੇ ਕਾਫੀ ਹੈ ਦਿੰਦਾ ਹਿੱਕਾ ਦਰਬ ਚਲਾਏ ਉਹ ਮੈਂ ਤੇਰਾ ਦਰਬਾ ਤਾਂ ਦਿੱਤੀਆਂ ਬੈਰਾ ਸੀ ਧੀ ਦੁਖੀਆ
ਆਵਾਜ਼ ਹੋਵੇ ਤੇ ਆ ਥੋੜਾ ਜਿਹਾ ਮਹਿਕ ਦਾ ਆਵਾਜ਼ ਰਹੇ ਨਹੀਂ ਕਦਮ ਖਿਆਮ ਤੂੰ ਬਹਿਰਾਇਆ ਭਾਵੇਂ ਕੁਛ ਗਏ ਕਬੂਲ ਨੇ ਜੀ ਕਰ ਹੱਥ ਨਾ ਬੰਨ ਏਡਾ ਜ਼ਖਮੀ ਹੈ ਤੇ ਕਾਫੀ ਹੈ ਦਿੰਦਾ ਹਿੱਕਾ ਦਰਬ ਚਲਾਏ ਹੋ ਮੈਂ ਤੇਰਾ ਦਰਬਾ ਤਾਂ ਦਿੱਤੀਆਂ ਬੈਰਾ ਸੀਧੀ ਦੁਖੀਆ ਮਾਫੀ ਮੰਗ ਕੇ ਬਾਨੀ ਮਜਲੇ ਸੋ ਜ਼ਿੰਦਗੀ ਦਾ ਨਹੀਂ ਪਤਾ ਹੋ ਸਕਦੇ ਮੇਰੀ ਆਖਰੀ ਮਜਲਿਸ ਜਾਂ ਕਹੇ ਅਦਾਦਾਰ ਦੀ ਰੋਵਣ ਤੇਰੇ ਵਾਸਤੇ ਚ ਨਹੀਂ ਸਹੀ ਅਦਾਦਾ ਹਾਏ ਤੁਹਾਡੇ ਵਾਸਤੇ ਚ ਇਤਨਾ ਹੈ ਕਰੇ ਜਿਹੜੀ ਸ਼ਾਮ ਚ ਹੋਈ ਰਾਜ਼ੀ ਥੀ ਕੇ ਵਨੇ ਮਿੰਬਰ ਗਵਾਏ ਫਿਰਾ ਤੇ ਦੁੱਖ ਆਵੇ ਫਿਰਾ ਮਾਣ ਹੁੰਦਾ ਹੈ ਇਵੇਂ ਗੱਲ ਹੈ ਨਾ ਅਈ ਅਖਤਾਰ ਜੀ ਨੇ ਕੀ ਹੋਈ ਫਿਰਾ ਨੂੰ ਜੀ ਚਾਚਾ ਗੰਬਰ ਫਿਰਾ ਤੇ ਦੁੱਖ ਆਵੇ ਫਿਰਾ ਫਿਰਾਵਾਂ ਦੇ ਮਾਣ ਹੁੰਦਾ ਮਿੰਬਰ ਗਵਾਏ ਨੌਕਰਾਂ ਜਵਾਨੀ ਮਾਣੇ ਅੱਲਾ ਗਵਾਏ ਵਤਨ ਵਾਲਿਓ ਫਿਰਾ ਤੇ ਦੁੱਖ ਆਵੇ ਫਿਰਾ ਸਾਥ ਦੇਂਦਾ ਮਿੰਬਰ ਗਵਾਏ ਤੂੰ ਤੇ ਪਿਆ ਦਾ ਹੈ ਦਸਤੂਰ ਵਿੱਚ ਮੁਸ਼ਕਿਲ ਦੇ ਆਇਆਂ ਦੇ ਖੂਨ ਦੇ ਰਿਸ਼ਤੇ ਮੈਨੂੰ ਦੇਖੀ ਯਾਰ ਜੀ ਕਰਾਂ ਪੜਦਾ ਵੱਧ ਪੜਦਾ ਹੈ ਦਸਤੂਰ ਵਿੱਚ ਮੁਸ਼ਕਿਲ ਦੇ ਖੂਨ ਦੇ ਰਿਸ਼ਤੇ ਹਾਏ ਯਾਦ ਜਦ ਜੀਦੇ ਹੋਣ ਉਹ ਯਾਨ ਕਰੇਨ ਉਹਦੀ ਮੁਸ਼ਕਿਲ ਵਿੱਚ ਖਲੂਸ ਨਾਲ ਪੂਰੀ ਵੀ ਚਾਹੀਏ ਵੱਧ ਪੜਦਾ ਨੌਕਰਾਂ ਨੌਕਰਾਂ ਮਲੰਗ ਇਹ ਦਸਤੂਰ ਵਿੱਚ ਮੁਸ਼ਕਿਲ ਜੀ
ਹੱਥ ਨਾ ਮਨ ਪਾਇਆ ਹੱਥ ਮਜ਼ਲੂਮ ਦੀਆਂ ਜ਼ੁਲਫਾਂ ਵਿੱਚ ਜਦਾ ਜ਼ਾਲਮ ਨਾਲ ਹਾਲ ਜਫਾ ਦੇ ਤੇਰੀ ਜੁਰਾਤ ਨਹੀਂ ਅੱਜ ਕੰਡ ਮਰੀ ਪਹਿਲੇ ਆਖੇ ਜ਼ਰਬਾਂ ਚੱਲੀਆਂ ਜੀ ਜਿਤਨੇ ਸੈਯਦ ਬੈਠੇ ਦਿਲ ਉੱਖੇ ਤਮਾ ਫਿਰੀ ਵਾਏ ਬਾਣੀ ਮਜਲੇ ਸੋ ਬਈ ਜਾਨ ਜ਼ਰਬਾਂ ਚੱਲੀਆਂ ਸਜਾਓ ਜਿਵੇਂ ਜਦਾਂ ਕਮੀ ਨੇ ਚੌਥੀ ਜ਼ਰਾ ਮਾਰੀ ਏ ਚਾਰ ਸਾਲਾਂ ਦੀ ਮਸੂਮਾਂ ਦੀ ਭਜ ਪਈ ਏ ਹਾਏ ਕਾਤਲ ਖੰਜਰੇ ਛੱਤ ਪਏ ਆਦਿ ਖੜੀਏ ਨਮਾਰ ਮੇਰਾ ਗਰੀਬ ਬਾਬਾ ਭਲਾ ਹੋਵੇ ਤੁਹਾਡਾ ਮੈਂ ਨੌਕਰਾਂ ਨਮਾਰ ਮੇਰਾ ਗਰੀਬ ਬਾਬਾ ਹੁਸੈਨ ਦੀ ਚੌ ਸਾਲਾਂ ਦਿੱਤੀ ਕਾਤਲ ਖੰਜਰੇ ਛੱਤ ਪਾ ਕੇ ਆਦਿ ਖੜੀ ਹੱਥ ਪਾ ਕੇ ਸ਼ਿਮਾਰ ਤੇਰੇ ਖੰਜਰ ਦੇ ਵਿੱਚ ਕੀਤੀ ਮਿੰਨਤ ਹੁਸੈਨ ਕਬੂਲ ਹੋਣੇ ਗਮ ਦੇ ਸਵਾਲ ਸਲਖੇ ਗਮ ਮਾਲਕ ਤੁਹਾ ਕੋ ਕਈ ਕਮੀਨੇ ਦਾ ਮੁਹਤਾਜ ਨਾ ਕਰ ਮਾਲਕ ਬਾਨੀਆਂ ਦੀ ਮਾਸ਼ਾਅੱਲਾ ਜੀ ਬਿਸਮੀ ਜਿਹਾਂ ਕਲਮਾ ਪੜਦਾ ਉਹਦੀ ਧੀ ਦਾ ਪੁੱਤਰ ਕਰ ਸ਼ਮੈਰ ਕਬੂਲ ਹੋਣੇ ਮਾਲਕ ਤੋਂ ਗਵਸਤਾ ਰੱਖੇ ਇਹ ਖਲੂਸ ਨਾਲ ਮੇਰੇ ਬਿਰਾਵਾਂ ਪੂੜੀ ਵਿੱਚ ਆਈਏ ਬਜ਼ੁਰਗਾਂ ਦੀ ਮਾਲਕ ਭਾਈਆਂ ਦੀ ਜ਼ਿੰਦਗੀ ਦਰਾਜ਼ ਫਰਮਾਵੇ ਮਾਲਕ ਅਰਸ਼ਾਂ ਦੇ ਵਕਤ ਲਾਵੇ ਮੇਰਾ ਵਤਨ ਏ ਮੇਰਾ ਘਰ ਏ ਮੈਂ ਬਾਨੀ ਦੀ ਅਸੀਅਤ ਵਿੱਚ ਹਾਜ਼ਰ ਮੇਰੇ ਬਾਅਦ ਹੁਸੈਨ ਦੇ ਇਸਤਾਨ ਮਦਾ ਖਾਨ ਮਿੰਬਰ 'ਤੇ ਬੈਠੇ ਮੈਂ ਇਤਨਾ ਪੜ੍ਹਨਾ ਜਿਤਨਾ ਪੜ੍ਹੀ ਖੜਾ ਮੈਂ ਆਪ ਦੋ ਮਜਲਸਾਂ ਵਿੱਚ ਪੜ੍ਹਨੀ ਹੈ ਥੋੜ੍ਹੀ ਦੁਆ ਨਾਲ ਪਹੁੰਚ ਗਏ ਸਰ
میں اپنی عبادت نو مکمل کرے نے ایک اد شیر قصیدے نہ سنے نا جڑے تھکے بیٹھے انہاں کو چھٹی ہے زندگی ہوے اللہ بھاوے بس تے آباد رہو اے ہاتھ جڑے ذکر چھٹی نے پے رضا باد شاہ دی زری دے ہاتھ او چنگا ہے دا جیویں جڑا ذکر چھٹی وے وہ ہاتھ دا کوئی فائدہ نہیں جائے ہاتھ نال ہمسایا ہی محفوظ نہ ہو میں لمبا نہ تھی وہاں قصیدے سنے سا کہیں بے ویلے سفین دا میدان سفین دا قبلہ میدان علی دے 18 پتر موجود ہیں توجہ میں پہلے آکھے جیرا تھکا بیٹھا ہوں کو چھٹی ہے جیرا جاگدا بیٹھے امداد انہیں الگ ترجیح میں مرشد میری گل علی دے 18 پتر موجود ہیں جناب عباس جنگ دی تیاری کی تھی جنا جناب عباس تیاری کر کھڑے نا کیڑا سونا منظر اسی جدا علی دے 18 پتر علی دے کول کھڑوئے سرکار حسین نے جناب عباس کو زین تے بلائے چاچا جی بچڑے جی میں دوڑ بھائی جان ارشان دے باغ جناب عباس کو زین تے بلائے پتہ لشکر دو ڈٹھا سی لشکر دو دیکھنا میرے پاس ہے جڑے ویلے تھک پوئے ہاتھ کھڑا چا کرے میں دی منت نہیں جو میں پڑھی رکھ لوں تھوڑا آواز دکھا حسین دا واسطے حسین دا واسطے ہائے دادا میں ڈیڑھ گھنٹہ پڑھ سا ہاں بھائی اچھا ایک گال میں بھی بھولا کھڑا میں وہ میں کو یاد آ گئی ہے غلام شبیر سامنے کیونکہ تیرے سامنے بارگاہ حسین دا گھر بنندا پے میں دے ہاں نہیں نہیں وہ تو اون کیڑی نیاز دے نے تھوڑی میں جلدی جلدی غلام شبیر بوتل اٹھاری سجاد تو سدا مولا ڈھیر دے آج دے نہیں دے سکتا کیا شاید ہاں ٹھیک تو آنکھ ہاں میری ماما بہنا نو یہ پی لے یہ لنگر نیاز کٹھی کرے تھا جتنا سال قیامت تک کے باہر گا رہے نہیں سی تھوڑے رزق کے جزا فاتی رزق وہ چنگے ہیں جرے چھوڑا بے نہ آتے لگے میں ہن قصیدہ شروع کیا کرے نا مجھے دعا کرے سرکار حسین لشکر تو ڈٹھیس بھرا عباس دا تعارف کھڑا کرے نا مجھے پلنگ جی میں سرکار عباس دا تعارف کر کے لشکر تو ریک کے کھڑا دیں میں ڈالما والا ویرے ایک وادن لوگ جرا رے
ਤੁਹਾਡੀ ਜ਼ਿੰਦਗੀ ਹੋਵੇ। ਇਹ ਹੱਥ ਰਜ਼ਾ ਬਾਦਸ਼ਾਹ ਦੀ ਜ਼ਰੀ ਨਾਲ ਮਾਸ ਹੋਵੇ ਦਾ ਜਿਵੇਂ ਅੱਜਾ ਮੱਠੇ ਘੜੋ ਸਫੀਨ ਦਿਖੇਵਾ ਜਨਾਬ ਅਬਾਸ ਪਹਿਲਾ ਹਮਲਾ ਕੀਤਾ ਸੱਜਾ ਕੰਬਰ ਦੁਆ ਕਰੇ ਮੋਹਸਿਨ ਪਹਿਲਾ ਹਮਲਾ ਕੀਤਾ ਅਖਤਰ ਜਿਵੇਂ ਨਸਨ ਕਮੀ ਨੇ ਇੱਕ ਬੈਗ ਵਧਣ ਓਏ ਭੱਜ ਮੇਰੇ ਪਿੱਛੋਂ ਹਲੀ ਆਈ ਓਏ ਭੱਜ ਮੇਰੇ ਪਿੱਛੋਂ ਹਲੀ ਆਈ ਅਬਦੁਲ ਵੈਸ਼ਾ ਜੀ ਨੇ ਚੁੱਪ ਦੀ ਕਸਮ ਹੈ ਜਨਾਬ ਅਬਾਸ ਦੇ ਚਿਹਰੇ ਤੇ ਖੁਦਾ ਲਾਲਾ ਜਲਾਲ ਆਏ ਇਹਨਾਂ ਦੇ ਪਾਸ ਦੇ ਗਾਜ਼ੀ ਤੂੰ ਕੱਲਾ
ਹੁਣ ਮੈਂ ਬੰਦੇ ਦੇ ਮੂੰਹ ਵਾਲੇ ਸਾਂ ਸਜਾਦ ਤੂੰ ਇਕੱਲਾ ਹੈ ਅਸਾਂ ਤਾਂ ਢੇਰ ਸਾਰੇ ਹੈ ਸਾਡਾ ਤਾਂ ਢੇਰ ਸਾਰਾ ਲਸ਼ਕਰ ਹੈ ਤੂੰ ਇਕੱਲਾ ਹੈ ਸਾਡਾ ਵੱਡਾ ਲਸ਼ਕਰ ਹੈ ਅਸਾਂ ਢੇਰ ਸਾਰੇ ਹੈ ਤੁਹਾਡੀ ਚੁੱਪ ਦੀ ਕਸਮ ਹੈ ਆਪਾਂ ਉਸਦੇ ਚਿਹਰੇ ਤੇ ਜਲਾਲ ਹੈ ਇਹਨਾਂ ਦੇ ਪਾਸ ਲੈ ਕੇ ਵਧਾ ਦੇ ਭਾਵੇਂ ਜਿਤਨਾ ਲਸ਼ਕਰ ਹੋਵੇ ਮੈਂ ਕਰਦੇ ਸਾਂ ਫਿੰਦਾ ਜ਼ਹਿਨ ਤਾਂ ਮੇਰਾ ਕੁਝ ਹੋਰ ਹੈ ਸਯਲਾ ਦਾ ਤੇਰੀ ਜਵਾਨੀ ਦੀ ਕਸਮ ਇਹ 120
کوئی بال نہیں کمی نے مشکل تیر مارا ہے پانی لڑا ہے آتم قبول ہوئی پانی نہیں ابال دی بتی سال دی محنت لڑی ہے سیادہ دے پرواز روک میں وعدہ کر رہے ہیں بھلا ہوئی یار بھلا ہوئی نوکرہ جا